ਸਿੱਧੀ ਜੀ ਗੱਲ ਹੈ, ਜੱਟ ਬੰਦਿਆਂ ਰਿਆਜ ਰੂਜ ਆਪਣਾ ਹੈ ਨਹੀਂ, ਜ਼ਮੀਨ ਜੀਰੋ ਹੈ, ਜਿੱਥੇ ਗਾ ਲਿਆ ਉਹੀ ਰਿਆਜ ਆਪਣਾ, ਠੀਕ ਹੈ ਜੀ। ਇਹ ਤਾਂ ਇਹ ਨਹੀਂ ਵੀ ਬਾਜੇ ਦੇ ਉੱਤੇ ਜਿਹੜੇ ਰਹੇ ਮੈਂ ਸਾਰਾ ਦਿਨ ਵੀ ਸੁਰ ਦਾ ਸਾਹ ਦੱਬ ਲਿਆ, ਰੇ ਦੱਬ ਲਿਆ, ਆਪਣਾ ਉਹ ਕੰਮ ਨਹੀਂ ਹੈਗਾ ਜੀ, ਜਿੰਨਾ ਕੁ ਇੱਥੇ ਗਾ ਲਿਓ ਰਿਆਜ ਹੈ, ਠੀਕ ਹੈ ਜੀ। ਸੁਰ ਤੁਹਾਨੂੰ ਮੈਂ ਪਹਿਲਾਂ ਹੀ ਕਹੀ ਜਾਂਦਾ ਵੀ ਹੈ ਨਹੀਂ, ਇਕੱਲੀ ਕਾਲੀ ਸਿਆਹੀ ਹੈ ਅਤੇ ਗਾਲਾਂ ਵਰਗੇ ਬੋਲ ਨੇ ਮੇਰੇ ਕੋਲ, ਚੰਗੇ ਲੱਗ ਰਿਹਾ ਤਾੜੀ ਮਾਰ ਦਿਓ, ਨਹੀਂ ਮਾਰ ਦੇਣਾ, ਠੀਕ ਹੈ ਜੀ। ਆਓ ਜੀ ਵਾਹਿਗੁਰ ਜੀ ਲੈ ਕੇ ਫਰੇਂਗੜੀ ਮਾਰਦਾ, ਆ ਗਾਣੇ ਤੋਂ ਉਤਰਾਜ ਹੈ, ਸੁਣਾਵਾਂ ਜਾਂ ਨਾ ਸੁਣਾਵਾਂ, ਸੁਣਾਵਾਂ, ਠੀਕ ਹੈ ਜੀ। ਚਲੋ ਜੀ ਹੁਣ ਫਿਰ ਨੱਚਣਾ ਚਾਹੀਦਾ ਫਿਰ, ਅਮਰੀਰ ਫਿਰੇ ਮੁੱਛਾ ਜਾਰਦਾ, ਅੱਜ ਵੈਗਨ ਜਿਲੇ ਕੇ ਫਿਰੇ ਗੇੜੀ ਮਾਰਦਾ, ਵਿੱਚ ਅਮਰੀਰ ਫਿਰੇ ਮੁੱਛਾ ਜਾਰਦਾ, ਜਾਣਦੀ ਆ ਮੈਂ ਵੀ ਤੇਰੇ ਜੱਟ ਵਿੱਚ ਕੀ ਕਰੀ, ਗੱਲੋਂ ਫਿਰਦਾ ਤੂੰ ਮੈਨੂੰ ਤਾਰਦਾ, ਚੱਪੜਾਂ ਦੇ ਦਿਲ ਕਰ ਦਿੰਦੇ ਮਾਰੀਆਂ, ਦੇਖਦੀ ਨਿਗਾਹ ਮੇਰੀ ਜਿੱਥੇ ਠਹਿਰਦੀ, ਤੇਰੇ ਤੋਂ ਇਹ ਫੌੜ ਨਹੀਂ ਹੋਣੀ ਪੈਂਦੂਆ, ਤੇਰੇ ਵੀਰ ਕਾਲ ਮੈਂ ਟਰਾਂਟੋ ਛੱਡੀ, ਤੇਰੇ ਤੋਂ ਇਹ ਫੌੜ ਨਹੀਂ ਹੋਣੀ ਪੈਂਦੂਆ, ਤੇਰੇ ਵੀਰ ਕਾਲ ਮੈਂ ਟਰਾਂਟੋ ਛੱਡੀ, ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਤੁਹਾਨੂੰ ਚੰਗਾ ਲੱਗਦਾ ਕਿ ਬੁਰਾ ਲੱਗਦਾ, ਸਹੀ ਸਹੀ ਦੱਸ ਦਿਓ ਮੈਨੂੰ, ਅੱਜ ਆਹ 6 ਫੁੱਟੇ ਸਰੀਰ ਤੇ ਬਾਹਲੇ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਆ, ਕਹਿੰਦੇ ਜੀ ਭੜਕਾਉਂਦਾ ਮੁੰਡਿਆਂ ਨੂੰ, ਅੱਜ ਕੱਲ੍ਹ ਇਹ ਭੜਕਾਉਣਾ ਦੱਸਿਓ, ਲੱਗਦਾ ਤੁਹਾਨੂੰ ਇਹੋ ਜਿਹਾ ਮੈਂ, ਸਿੱਧੀਆਂ ਸਿੱਧੀਆਂ ਦੋ ਤਿੰਨ ਗੱਲਾਂ ਵੀ ਜੋ ਲਿਖਦਾ ਹੈਗਾ ਤਾਂ ਫਿਰ ਸੈਂਸਰ ਤੋਂ ਬਾਹਰ ਵਾਲੀਆਂ ਗੱਲਾਂ ਹੀ ਨੇ, ਸੈਂਸਰ 'ਚ ਰਹਿ ਕੇ ਆਪਾਂ ਕੁਛ ਸਿੱਖਦੇ ਵੀ ਨਹੀਂ, ਸਿੱਖ ਰਹੇ ਹੋ ਤੁਸੀਂ ਕੁਛ, ਤੁਸੀਂ ਆਪ ਸਿਆਣੇ ਹੋ, ਕੀ ਨਹੀਂ ਕਰਨਾ ਕੀ ਕਰਨਾ ਤੁਹਾਡੇ ਹੱਥ ਵਸ ਆ, ਸਿੱਧੂ ਮੂਸੇਵਾਲਾ ਕੇ ਕਦੋਂ ਵੀ ਉਹ ਕਰਦਾ ਤੁਸੀਂ ਕਰੋਗੇ ਨਹੀਂ ਕਰੋਗੇ ਨਾ, ਜੋ ਤੁਹਾਡੇ ਦਿਲ ਨੂੰ, ਮੈਨੂੰ ਕੋਈ ਕਵੇ ਭਲਾ ਨਹੀਂ ਮੇਰੇ 'ਤੇ ਕੋਈ ਬੌਸ ਲੱਗਿਆ ਮੈਂ ਜਮੀ ਨਹੀਂ ਕਰਦਾ, ਮਰਦਾ ਮਰ ਜੂ, ਆਪਾਂ ਕੁੱਲ ਮਿਲਾ ਕੇ ਸਾਰੇ ਇੱਕੋ ਜਿਹੀ ਹਾਂ, ਬਸ ਮਾਲਵੇ ਮੂਲਵੇ ਦਾ ਫਰਕ ਪੈ ਜਾਂਦਾ ਥੋੜ੍ਹਾ ਬਹੁਤ, ਟਿੱਬਿਆਂ ਦਾ ਰੇਤੇ ਦਾ, ਹੈ ਨਾ। ਗਾਣਾ ਹੋਰ ਗਾਉਣਾ ਕੋਈ, ਹੁਣ ਸਵਾਦ ਜਿਹਾ ਕਿਹੜਾ ਹੁਣ, ਪਛਾਣ ਦਿਓ ਗੀਤ ਕਿਹੜਾ ਇਹ, ਜਿੰਨਾ ਚਿਰ ਪਛਾਣਨਗੇ ਨਹੀਂ ਉਹਨਾਂ ਚਿਰ ਸੁਣਾਉਣਾ ਨਹੀਂ, ਜ਼ੋਰ ਲਾ ਲੈਣਾ, ਠੀਕ ਹੈ ਜੀ, ਪਛਾਣ ਦਿਓ
ਇੱਕ ਵਾਰ ਚ ਦੱਸ ਦਿਆ ਕਰੋ ਭਰਾ ਬਣ ਕੇ। ਹਾਂਜੀ ਹਾਂਜੀ ਭਾਈ ਕਹਿੰਦਾ ਸੋਹਾ ਇਸ ਤਰ੍ਹਾਂ ਦੇ ਹੌਲੀ ਹੌਲੀ, ਪਹਿਲਾਂ ਨੀਵੀਆਂ ਗੱਲਾਂ ਤਾਂ ਕਰ ਲਈਆਂ, ਉੱਚੀਆਂ ਫੇਰ ਕਰ ਲਾਂਗੇ। ਕਿਉਂ ਜੀ ਸੈਲਫ ਮੇਡ ਗਾਣਾ ਕਿਹਨੂੰ ਕਿਹਨੂੰ ਘੈਂਟ ਲੱਗਿਆ ਦੱਸੋ। ਮਿਡਲ ਕਲਾਸ ਫੈਮਲੀ ਚ ਉੱਠਿਆ ਸਿਲਵਰਸ ਪੂਣਾ, ਉਹ 23 ਸਾਲਾਂ ਦੀ ਇਹ ਜ਼ਿੰਦਗੀ ਕੱਢ ਦਿੱਤੀ ਕੋਹੀ ਜਨੂਨਾ, ਉਹ ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿਤਾ ਜਣੇ ਖਣਿਆ। ਅੱਧਾ ਸੁਰ ਹੋਰ ਉੱਚਾ ਚੱਕੋ। ਮਿਡਲ ਕਲਾਸ ਫੈਮਲੀ ਚੋਂ ਉੱਠਿਆ ਸਿਲਵਰਸ ਪੂਣਾ, ਉਹ 23 ਸਾਲਾਂ ਦੀ ਐ ਜ਼ਿੰਦਗੀ ਕੱਢ ਦਿੱਤੀ ਕੋਹੀ ਜਨੂਨਾ, ਉਹ ਮਹੀਨੇ ਵਿੱਚ ਗੀਤ ਕੱਢ ਬਣਿਆ ਸੱਟਾ ਕਹਿੰਦਾ ਜਣੇ ਖਣਿਆ। ਉਹ ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮਾਇਆ ਪਵਨ, ਇਹ ਗਾਣਾ ਹੁੰਦਾ ਉਹਨਾਂ ਨੂੰ ਚੰਗਾ ਲੱਗਿਆ ਹੋਊ ਜਿਹਨੇ ਚਾਚੇ ਮਾਮੇ ਤੋਂ ਫੋਨ ਨਹੀਂ ਕਰਾਏ ਹੋਣਗੇ ਜੀ। ਮੈਨੂੰ ਆ ਇੱਥੇ ਮੈਨੂੰ ਲਾਈਨ 'ਚ ਲੱਗਿਆ ਖੜਾ, ਸਹੀ ਹੈ ਨਾ? ਜਿਨ੍ਹਾਂ ਦੇ ਖੂਨ ਦੇ ਵਿੱਚ ਸਪੂਨਗਿਰੀ ਨਹੀਂ ਹੋਊਗੀ ਉਹਨੂੰ ਚੰਗਾ ਲੱਗੂ, ਅਤੇ ਜਿਹੜੇ ਜਿਨ੍ਹਾਂ ਨੇ ਕਰਾਏ ਹੋਣ ਉਹ ਕਹਿਣਾ ਚਾਚੇ ਮਾਮਿਆਂ ਨੂੰ ਪੁੱਠਾ ਬੋਲਦਾ, ਅਸੀਂ ਤਾਂ ਹੀ ਬੋਲਾਂਗੇ। ਜਦੋਂ ਕਿਸੇ ਸਾਲੇ ਤੋਂ ਕੁਛ ਲਿਆ ਨਹੀਂ, ਕਿਸੇ ਤੋਂ ਸਾਂ ਨਹੀਂ ਕਰਾਇਆ, ਕਾਹਦੀ ਜੀ ਕਰਨੀ ਆ ਦੱਸੋ? ਮੈਂ ਇੱਥੋਂ ਤਾਂ ਨਹੀਂ ਹੁੰਦੀ, ਤੁਸੀਂ ਕਰੋਗੇ? ਤਾਂ ਹੀ ਸਾਡੀਆਂ ਗੱਲਾਂ ਮਿਡਲ ਕਲਾਸ ਵਾਲਿਆਂ ਨੂੰ ਚੰਗੀਆਂ ਲੱਗਦੀਆਂ, ਉੱਚਿਆਂ ਨੂੰ ਚੁੱਭਦੀਆਂ ਨੇ ਵੀ ਸਿੱਧੂ ਤਾਂ ਗਾਲਾਂ ਕੱਢਦੇ ਜੀ, ਗਾਲਾਂ ਅਸੀਂ ਕੱਢਾਂਗੇ ਇਸ ਤਾਂ। ਹੋ ਕਦੇ ਵੀ ਨਹੀਂ ਹੁੰਦੇ ਉਹ ਅਜੀਬ ਰੁਤਬੇ ਦਿਲ ਰੱਖ ਮਿਲਦਾ, ਉਹ ਭੱਜੀ ਫਿਰੇ ਡਰੀ ਫਿਰੇ ਇੰਡਸਟਰੀ ਜੱਟ ਫਿਰੇ ਟਹਿਲਦਾ, ਉਹ ਕਹਿੰਦਿਆਂ ਕਹਾਉਂਦਿਆਂ ਨੇ ਮੂਸੇ ਵਾਲੇ ਦਾ ਅੱਜ ਲੋਹਾ ਮੰਨਿਆ, ਉਹ ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ। ਉਹ ਕਦੇ ਮਾੜਾ ਟਾਈਮ ਮੇਰੇ ਉੱਤੇ ਦੇਖ ਕੇ ਨਹੀਂ ਸੀ ਹਾਮੀ ਭਰਦੇ, ਹੋ ਚੱਕ ਗੱਡੀਆਂ ਉਹ ਹੁਣ ਕਾਲੀ ਰੇਂਜ ਦਾ ਰਹਿੰਦੇ ਪਿੱਛਾ ਕਰਦੇ, ਉਹ ਸੱਚੇ ਦਿਲੋਂ ਆ ਸਲੂਟ ਉਸ ਰੱਬ ਨੂੰ ਜਿਹਨੇ ਐ ਗਰੂਰ ਭੰਨਿਆ, ਉਹ ਚਾਚੇ ਮਾਮਿਆਂ ਦੇ ਸਿਰਾਂ ਤੇ ਨੀ ਉੱਡਿਆ ਨੀ ਮੈਂ। ਮੈਂ ਨਹੀਂ ਉਹ ਲੋਕ ਬਾਰ ਬਾਰ ਆਖਦੇ ਬਾਪੂ ਤੇਰੇ ਪੁੱਤ ਨੂੰ, ਉਹ ਪੜਨਾ ਨੀ ਕੁਛ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ, ਉਹੀ ਸਿੱਧੂ ਮੂਸੇ ਵਾਲੇ ਨੂੰ ਸਟਾਰ ਕੋਈ ਉਹ ਨੀ ਵੀ ਮੇਰੇ ਵਰਗਾ ਕੁੜਤਾ ਪਜਾਮਾ ਪਾ ਕੇ ਸਟੇਜ ਤੇ ਖੜ ਗਿਆ, ਵਾਹ ਵਾਹ ਕਰਾਤੀ ਜੀ, ਸਿੱਧੂ ਮੂਸੇ ਵਾਲਾ ਸਟਾਰ ਹੈ ਜਿਹੜਾ ਆਪਦੇ ਮਾਂ ਪਿਓ ਨੂੰ ਦੋ ਟਾਈਮ ਦੀ ਰੋਟੀ ਇੱਜ਼ਤ ਨਾਲ ਦਿੰਦੇ ਨਾ, ਉਹ ਹਰੇਕ ਪੁੱਤ ਸਟਾਰ ਆਪਦੇ ਪਿਓ ਵਾਸਤੇ। ਇੱਥੇ ਪਾ ਕੇ ਕੱਪੜੇ 'ਚ ਇਹਨਾਂ ਹੀ ਰੇਂਜ 'ਚ ਬਹਿ ਕੇ ਮੈਂ ਕਹੀ ਹਾਂ ਮੈਂ ਸਟਾਰ ਹਾਂ, ਹਰੇਕ ਪੁੱਤ ਹਰੇਕ ਧੀ ਜਿਹੜੇ ਆਪਦੇ ਮਾਂ ਪਿਓ ਦੀਆਂ ਅੰਦਰਾਂ ਸੌਖੀਆਂ ਰੱਖਦੇ ਨੇ ਸਾਰੇ ਸਟਾਰ ਨੇ, ਉਹਨਾਂ ਵਾਸਤੇ ਤਾੜੀ ਮਾਰ ਦਿਓ। ਜੇ ਤੁਹਾਡੇ 'ਚੋਂ ਕੋਈ ਨਹੀਂ ਵੀ ਹੈਗਾ ਤਾਂ ਬਣਨ ਦੀ ਕੋਸ਼ਿਸ਼ ਕਰੋ, ਰੱਬ ਇੱਥੇ ਹੈ, ਸਵਰਗ ਵੀ ਇੱਥੇ ਹੈ, ਨਰਕ ਵੀ ਇੱਥੇ ਹੈ। ਜਿਨ੍ਹਾਂ ਨੇ ਜੰਮਿਆ ਜੀ ਉਹਨਾਂ ਨੂੰ ਠੇਡੇ ਮਾਰਤੇ, ਉਹ ਨਰਕ ਹੈ ਤੁਹਾਡਾ, ਜੇ ਉਹਨਾਂ ਦੀ ਸੇਵਾ ਕਰਨ ਲਈ ਉਹ ਸਵਰਗ ਹੈ ਤੁਹਾਡਾ, ਠੀਕ ਹੈ ਜੀ।
ਉਹ ਮੈਂ ਇੰਨਾ ਸਿਆਣਾ ਹੈ ਨਹੀਂ ਪਰ ਮੈਨੂੰ ਕਦੇ ਕਦੇ ਜਿਹੜੀਆਂ ਦਿਲੋਂ ਗੱਲਾਂ ਆਉਂਦੀਆਂ ਕਹਿਣੀਆਂ ਪੈਂਦੀਆਂ ਠੀਕ ਹੈ ਜੀ ਸਿੱਧੀ ਗੱਲ ਹੈ ਜਦੋਂ ਲੋਈ ਲੈ ਗਈ ਆਪਾਂ ਨਾ ਹੈਂਡ ਫਰੀ 1100 ਵਰਗੇ ਹੋ ਜਾਂਦੇ ਹਾਂ ਸਿੱਧੀਆਂ ਸਿੱਧੀਆਂ ਗੱਲਾਂ ਠੀਕ ਹੈ ਜੀ ਕਿਸੇ ਦੇ ਹੱਡ 'ਤੇ ਵੱਜਣ ਕਿਸੇ ਦੇ ਮੱਥੇ 'ਤੇ ਵੱਜਣ ਕੋਈ ਡੋਂਗੇ ਵਾ ਠੀਕ ਹੈ ਜੀ ਓ ਮਿਡਲ ਕਲਾਸ ਫੈਮਿਲੀ ਚੋ ਉੱਠਿਆ ਸਿਲ ਵਰਸ ਪੂਨਾ 23 ਸਾਲਾਂ ਦੀ ਹੈ ਜ਼ਿੰਦਗੀ ਕੱਢ ਦਿੱਤੀ ਕੋਈ ਜਨੂਨਾ ਮਹੀਨੇ ਵਿੱਚ ਗੀਤ ਕੱਢ ਬਣਿਆ ਸਟਾਰ ਕਹਿਦਾ ਜਣੇ ਖਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਠਿਆ ਨੀ ਮੈਂ ਆਪ ਬਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਠਿਆ ਨੀ ਮੈਂ ਆਪ ਬਣਿਆ ਹੰਕਾਰ ਨਹੀਂ ਹੈਗਾ ਫੋਕਰੀ ਨਹੀਂ ਹੈਗੀ ਇੱਕੋ ਹੀ ਗੱਲ ਕਹਿਣਾ ਜਦੋਂ ਕੋਈ ਚਾਰ ਕੰਮ ਵਾਲੇ ਘਰ 'ਚੋਂ ਉੱਠ ਕੇ ਮਹਿਲਾ ਵਾਲੇ ਨੂੰ ਅੱਖਾਂ ਕੱਢਦਾ ਨਾ ਉਹਨੂੰ ਮਾਣ ਹੋ ਹੀ ਜਾਂਦਾ ਹੁੰਦਾ ਹੀ ਹੈ ਇਹ ਕੋਈ ਫਕਰੀ ਬਣਤੀ ਨਹੀਂ ਹੈਗੀ ਜਦੋਂ ਤੁਸੀਂ ਕਿਤੇ ਨਾ ਇੱਥੋਂ ਉੱਠ ਕੇ ਜਦੋਂ ਇੱਥੇ ਨੂੰ ਦੇਖੋਗੇ ਨਾ ਤਾਂ ਸੌਂ ਲੱਗੇ ਬੜਾ ਸਵਾਦ ਆਊ ਕਰਕੇ ਦੇਖੋਗੇ ਹੋ ਮਹਿਲਾਂ ਤੱਕ ਦੇਖ ਅੱਜ ਮਾਰ ਕਰਤੀ ਉੱਠ ਕੇ ਸੀਟਾਂ ਚੋਂ ਆਓ ਗੋਲੀ ਦੇ ਖੜਾਕੇ ਜਿਹੇ ਗੀਤ ਲਿਖ ਤੈ ਬਹੁ ਬੀਟਾਂ ਚੋਂ ਓ ਮਿਹਨਤਾਂ ਦੀ ਖਾਈ ਦੀ ਆ ਖੱਟੀ ਸੋਣੀਏ ਤਾਨੂੰ ਸੀ ਨਾ ਤਣਿਆ ਚੱਚ ਮੰਮਿਆਂ ਦੇ ਸਿਰਾਂ ਤੇ ਨਹੀਂ ਉੱਠਿਆ ਨੀ ਮੈਂ ਆਪ ਬਣਿਆ
ਓ ਮੈਨੀਓ ਲੋਕ ਬਾਰ ਬਾਰ ਆਖਦੇ ਓ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਓ ਬਣਨਾ ਨੀ ਕੁਛ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਉਹੀ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ ਹੋ